ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਤੇ ਵਕੀਲਾਂ ਦੇ ਵਿਚਕਾਰ ਜੋ ਵਿਵਾਦ ਚੱਲ ਰਿਹਾ ਏ ਇਹ ਸਭ ਨੂੰ ਲੈ ਕੇ ਹੁਣ ਲਖਸਧਾਨਾ ਦੇ ਪਿੰਡ ਸੋਹਣੇਵਾਲ ਪਹੁੰਚ ਗਏ ਜਿਸ ਦੀ ਨਸ਼ਾ ਕਮੇਟੀ ਨੂੰ ਲੈ ਕੇ ਪੂਰਾ ਵਿਵਾਦ ਸਾਹਮਣੇ ਆਉਂਦਾ ਏ ਸੁਣੋ ਲਖਸਧਾਨਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਏ ਦੇਖੋ ਜਿਹੜਾ ਇੱਕ ਵਕੀਲਾਂ ਦੇ ਵਿੱਚ ਤੇ ਪੰਜਾਬ ਪੁਲਿਸ ਪੇਚ ਫਸ ਗਿਆ ਪੇਚ ਕੀ ਫਸ ਗਿਆ ਵਕੀਲ ਕਹਿੰਦੇ ਵੀ ਸਾਡਾ ਇੱਕ ਵਕੀਲ ਕੁੱਟਿਆ ਪੁਲਿਸ ਨੇ ਮੈਨੂੰ ਵੀ ਲੱਗਦਾ ਸੀਗਾ ਤੇ ਜਦੋਂ ਮੈਂ ਕਿਉਂਕਿ ਮੈਂ ਜਦੋਂ ਬੋਲਦਾ ਤੇ ਮੈਂ ਹਰ ਗੱਲ ਦੀ ਪੜਤਾਲ ਕਰਨ ਤੋਂ ਬਾਅਦ ਹੀ ਬੋਲਦਾ ਐ ਨਹੀਂ ਮੈਂ ਯਾਰ ਬਿਨਾਂ ਗੱਲ ਤੋਂ ਸੁਣੀ ਸੁਣਾਈ ਗੱਲ ਇਧਰੋਂ ਉਧਰੋਂ ਸੁਣ ਲਈ ਤੇ ਬੋਲਦਾ ਆਪਣਾ ਵਖ ਰੱਖਦਾ ਸੋ ਮੈਨੂੰ ਵੀ ਲੱਗਿਆ ਵੀ ਜਦੋਂ ਪੇਜ ਫਸਿਆ ਵਕੀਲ ਕੁੱਟਿਆ ਮੈਨੂੰ ਬੜੀ ਗਲਤ ਲੱਗੀ ਗੱਲ ਸ਼ੁਰੂ ਚ ਯਾਰ ਵਕੀਲ ਕਿਉਂ ਕੁੱਟਿਆ ਗਿਆ ਪੁਲਿਸ ਦੁਆਰਾ ਤਾਂ ਮੈਂ ਜਦੋਂ ਇਸ ਮਸਲੇ ਦੀ ਪਰਸੋਂ ਤੋਂ ਲੈ ਕੇ ਮੈਂ ਲਗਾਤਾਰ ਜ਼ਿਲ੍ਹਾ ਮੁਕਸਰ ਦੇ ਵਿੱਚ ਵੀ ਜਿੰਨੇ ਮੇਰੇ ਕੋਈ ਸੱਜਣ ਬੇਲੀ ਬੈਠੇ ਆ ਉਹਨਾਂ ਕੋਲੋਂ ਜਾਣ ਪਛਾਣ ਵਾਲੇ ਉਹਨਾਂ ਕੋਲੋਂ ਕੋਸ਼ 2-4 ਵਕੀਲ ਮੇਰੇ ਮਿੱਤਰ ਨੇ ਜిల్లా ਮੁਕਸਰ ਦੇ ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਜਦੋਂ ਮੈਨੂੰ ਗੱਲ ਦਾ ਥੋੜੀ ਜਿਹੀ ਇਹ ਲੱਗੇ ਵੀ ਅਸਲ ਗੱਲ ਕੁਝ ਹੋਰ ਆ ਤਾਂ ਮੈਂ ਇਸ ਕਰਕੇ ਸੋਹਣੇ ਆਲਾ ਪਿੰਡ ਆਇਆ ਸੋਹਣੇ ਆਲਾ ਉਹ ਪਿੰਡ ਹੈ ਜਿੱਥੋਂ ਦਾ ਸਲਿੰਦਰਜੀਤ ਸਿੰਘ ਨੀਟਾ ਜਿਹੜਾ ਸਮਗਲਰ ਆ ਬਹੁਤ ਵੱਡਾ ਤਸਕਰਾ ਚਿੱਟੇ ਦਾ ਉਹ ਵਕੀਲ ਦੇ ਨਾਲ ਫੜਿਆ ਗਿਆ ਤੇ ਦੋਨਾਂ ਦੇ ਉੱਤੇ ਮੁਕੱਦਮਾ ਦਰਜ ਹੋਇਆ ਦੋਨਾਂ ਦਾ ਆਪਸ ਵਿੱਚ ਸੰਬੰਧ ਕੀ ਹੈ ਸੋ ਇਹ ਜਾਣਨ ਲਈ ਮੈਂ ਅੱਜ ਇਸ ਨਗਰ 'ਚ ਆਇਆ ਸੀ ਇਹ ਸਾਰਾ ਉਹ ਨਗਰ ਸੋਹਣੇ ਆਲਾ ਖੜਾ ਹੈ ਕਮੇਟੀ ਬਣੀ ਆ ਨੌਜਵਾਨ ਖੜੇ ਆ ਇਹਨਾਂ ਨੇ ਕਮੇਟੀ ਬਣਾਈ ਹੋਈ ਆ ਜਿਹੜੀ ਨਸ਼ਾ ਛਡਾਊ ਨਸ਼ਾ ਰੋਕੂ ਕਮੇਟੀਆਂ ਪੰਜਾਬ ਦੇ ਪਿੰਡਾਂ 'ਚ ਬਣੀਆਂ ਹੋਈਆਂ ਨੇ ਇੱਥੇ ਆ ਕੇ ਜਿਹੜੀ ਗੱਲ ਪਤਾ ਲੱਗਦੀ ਆ ਵੀ ਜਿਹੜਾ ਨੀਟਾ ਸਾਡੇ ਪਿੰਡ ਦਾ ਚੱਟਾ ਵੇਦਾ ਐਸੇ ਪਿੰਡ ਦਾ ਜਿਹਨੂੰ ਹੁਣ ਪੁਲਿਸ ਨੇ ਫੜਿਆ ਇਹ ਵਕੀਲ ਉਹਦੇ ਘਰੇ ਰਹਿ ਰਿਹਾ ਸੀ ਆਪਦੀ ਘਰ ਲਈ ਨੂੰ ਲੈ ਕੇ ਆਪਣੇ ਘਰ ਨੂੰ ਨਾਲ ਲੈ ਕੇ ਵਕੀਲ ਉਹਦੇ ਘਰੇ ਰਹਿ ਰਿਹਾ ਸੀ ਜਿਹੜਾ ਬੰਦਾ ਇੱਥੇ ਬਦਨਾਮ ਹੈ ਜਿਹੜਾ ਬੰਦਾ 302 ਦਾ ਪਰਚਾ ਹੋਇਆ ਤੇ ਜਦੋਂ ਕੌਣੀ ਮੁੰਡਾ ਟੀਕਾ ਲਾ ਕੇ ਮਰਿਆ ਪਿੰਡ ਕੌਣੀ ਦਾ ਚੱਟੇ ਦਾ ਤਾਂ ਇਸੇ ਸਲਿੰਦਰਜੀਤ ਨੀਟੇ ਦੇ ਮਕਦਮਾ ਦਰਜ ਹੋ ਗਿਆ ਸੀ ਲੰਮੇ ਸਮੇਂ ਤੋਂ ਪਿੰਡ ਵਾਲੇ ਖੜੇ ਆ ਕਿਉਂ ਦੱਸੋ ਜੀ ਤੁਸੀਂ ਆਪਣੀ ਕੈਸ ਸਾਲ ਤੋਂ ਵੇਚ ਰਿਹਾ ਬੰਦਾ ਚੱਟਾ 10 ਸਾਲ ਤੋਂ ਵੇਚ ਰਿਹਾ 10 ਸਾਲ ਤੋਂ ਪਹਿਲਾਂ ਗੋਲੀਆਂ ਦੇ ਜੇਲ੍ਹ ਚ ਹੀ ਰਹਿ ਗਿਆ 10 ਸਾਲ ਤੋਂ ਚੱਟਾ ਵੇਚ ਰਿਹਾ ਗੋਲੀਆਂ ਵੇਚ ਰਿਹਾ ਸੀ ਤੇ ਵਕੀਲ ਉਹਦੇ ਨਾਲ ਉਹਦੇ ਘਰੇ ਰਹਿ ਰਿਹਾ ਤੇ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਯਾਰ ਵਕੀਲ ਨੂੰ ਕੁੱਟਿਆ ਗਿਆ ਮੈਂ ਖੈਰ ਗੱਲ ਵਿੱਚੋਂ ਚਿੱਟੇ ਦੀ ਆ ਦੇਖੋ ਅਸੀਂ ਚਿੱਟੇ ਦੇ ਖਿਲਾਫ ਹਾਂ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਦਾ ਨਹੀਂ ਮੈਂ ਤਾਂ ਕਈ ਸਾਲਾਂ ਤੋਂ ਲੈ ਕੇ ਰੌਲਾ ਪਾਉਂਦਾ ਆ ਰਿਹਾ ਲੰਮੇ ਸਮੇਂ ਤੋਂ ਵੀ ਚਿੱਟਾ ਜਿਹੜਾ ਸਾਡੀ ਜ਼ੁਬਾਨੀ ਨੂੰ ਖਾ ਰਿਹਾ ਰੋਜ਼ ਮਾਮਾ ਦੇ ਪੁੱਤ ਮਰ ਰਹੇ ਨੇ ਸੋ ਜਿਹੜਾ ਬੰਦਾ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਰੋਕ ਰਿਆ ਸੀ ਉਹਦੇ ਨਾਲ ਹੈ ਚਾਹੇ ਲੋਕ ਰੋਕਣ ਕਮੇਟੀਆਂ ਬਣੀਆਂ ਸੀ ਤਾਂ ਵੀ ਨਾਲ ਜਾ ਕੇ ਸਾਧੰਨੇ ਆ ਚਾਹੇ ਸਰਕਾਰ ਰੋਕੇ ਅਸੀਂ ਸਰਕਾਰ ਨੂੰ ਵੀ ਕਹਾਂਗੇ ਵੀ ਸ਼ਾਬਾਸ਼ ਹੈ ਭਾਈ ਤੁਹਾਡੇ ਰੋਕਤਾ ਕੂ ਪੁਲਸ ਦਾ ਬੰਦਾ ਰੋਕੇ ਸੀ ਉਹਨੂੰ ਵੀ ਕਹਾਂਗੇ ਸ਼ਾਬਾਸ਼ اے ਭਾਈ ਰੋਕਤਾ ਮੈਂ ਜਦੋਂ ਸਾਰੀ ਗੱਲ ਦੀ ਸਚਾਈ ਜਿਹੜੀ ਉਹ ਇਹਨਾਂ ਲੋਕਾਂ ਤੋਂ ਪਿੰਡ ਤੋਂ ਪਤਾ ਲੱਗੀ ਆ ਕੇ ਕਿ ਵਕੀਲ ਭਾਈ ਉਹਦੇ ਘਰੇ ਰਹਿੰਦਾ ਰਿਹਾ ਉਹਦੀ ਗੱਡੀ ਲਗਾਤਾਰ ਨੀਟਾ ਵਰਤਦਾ ਰਿਹਾ ਵਕੀਲ ਦੀ ਜਿਹੜੀ ਸਕਾਰਪਿਓ ਗੱਡੀ ਹੈ ਕੋਈ ਹਾਂਜੀ 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 ਤਾਂ ਫਿਰ ਜਿਹੜਾ ਵਕੀਲ ਹੈ ਤਾਂ ਵਕੀਲ ਦਾ ਹਿੱਸਾ ਜਾਂ ਰੋਲ ਕਿਉਂ ਨਹੀਂ ਹੋ ਸਕਦਾ ਵਕੀਲ ਕਿਉਂ ਨਹੀਂ ਦੇ ਸਕਦਾ ਚਿੱਟਾ ਸਵਾਲ ਇਹ ਪੈਦਾ ਹੁੰਦਾ ਸੋਹਣੇ ਕੱਲ ਦੀ ਜਿਹੜੀ ਘਟਨਾ ਅਜ ਵਕੀਲਾਂ ਨੇ ਹੜਤਾਲ ਕਰਤੀ ਹਾਈ ਕੋਰਟ ਦੇ ਵਕੀਲਾਂ ਨੇ ਹੜਤਾਲ ਕਰਤੀ ਸਾਰੇ ਪੰਜਾਬ ਦੇ ਵਕੀਲਾਂ ਨੇ ਹੜਤਾਲ ਕਰਤੀ ਮੈਂ ਵਕੀਲਾਂ ਕੋਲ ਇਹ ਗੱਲ ਪੁੱਛਣਾ ਚਾਹਨਾ ਕਿ ਤੁਸੀਂ ਪੜਤਾਲ ਕੀਤੀ ਹੈ ਮਾਮਲੇ ਦੀ ਤੁਸੀਂ ਜਾਂਚ ਕੀਤੀ ਹੈ ਤੁਸੀਂ ਅਲੀਗੇਸ਼ਨ ਲਾ ਰਹੇ ਹੋ ਇਲਜ਼ਾਮ ਲਾ ਰਹੇ ਹੋ ਪੁਲਿਸ ਨੇ ਕੁੱਟ ਪਾਈ ਪੁਲਿਸ ਨੇ ਐ ਕਰਤਾ ਪੁਲਿਸ ਨੇ ਉਹ ਕਰਤਾ ਪਰ ਸੋਡਾ ਬੰਦਾ ਕੋਈ ਪ੍ਰੈਕਟਿਸ ਨਹੀਂ ਕਰਦਾ ਕੋਈ ਮੁਕਸਰ ਦੇ ਵਿੱਚ ਪ੍ਰੈਕਟਿਸ ਨਹੀਂ ਕਰਦਾ ਬੰਦਾ ਇੱਕ ਇਹਨਾਂ ਨੇ ਮੁਕਸਰ ਦੇ ਵਿੱਚ ਕੋਈ ਬੰਬ ਬੰਬ ਕਲਾਉਣੀ ਬੰਬ ਕਲਾਉਣੀ ਵਜਦੀ ਹੈ ਉੱਥੇ ਕੋ ਗਰੋਲੇ ਵਾਲੀ ਕੋਠੀ ਉੱਥੇ ਹੀ ਵਕੀਲ ਰਹਿ ਰਿਹਾ ਚਿੱਟੇ ਵਾਲੇ ਦੇ ਨਾਲ ਵਕੀਲ ਘਰੇ ਆ ਕੇ ਰਹਿ ਰਿਹਾ ਛੱਟੇ ਦਾ ਬਹੁਤ ਬੜਾ ਸਮਗਦਾ ਇਹਨਾਂ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਰਿਹਾ ਇਹ ਤੁਸੀਂ ਪੁੱਛੋ ਮੇਰੇ ਜਾਣ ਤੋਂ ਬਾਅਦ ਪੁੱਛ ਲਓ ਲੋਕਾਂ ਨੂੰ ਮੈਂ ਤਾਂ ਪਹਿਲੀ ਵਾਰੀ ਮਿਲਿਆ ਇਸ ਪਿੰਡ 'ਚ ਪਹਿਲੀ ਵਾਰੀ ਆਇਆ ਇਹਨਾਂ ਨੂੰ ਪੁੱਛ ਲਓ ਵੀ ਇਹਨਾਂ ਲੋਕਾਂ ਨੂੰ ਈਟਾ ਕਿਵੇਂ ਧਮਕਾਉਂਦਾ ਸੀ ਆਹ ਬਾਈ ਖੜਾ ਕਮੇਟੀ ਵਾਲਾ ਇਹਨੇ ਜਾ ਕੇ ਦਰਖਾਸਤ ਦੇਣ ਗਏ ਆ ਖੜੇ ਨੇ ਬਜ਼ੁਰਗ ਹਾਂਜੀ ਟੰਡੀ ਗਾਈ ਸਾਹਿਬ ਇਹ ਪਿੰਡ ਪੂਰਾ ਉੱਠ ਕੇ ਦਰਖਾਸਤ ਦੇਣਗੇ ਐਸਐਸਪੀ ਦੇ ਚਿੱਟੇ ਵਾਲਿਆਂ ਦੇ ਖਿਲਾਫ ਤੇ ਇਹੀ ਨੀਟ ਆ ਤੇ ਇਹੀ ਵਕੀਲ ਇਹਨਾਂ ਨੇ ਮਗਰ ਜਾ ਕੇ ਇਹਨੂੰ ਧਮਕਾਉਂਦੇ ਸੀ ਹੁਣ ਮੈਂ ਵਕੀਲਾਂ ਨੂੰ ਪੁੱਛਣਾ ਚਾਹੁੰਦਾ ਵੀ ਸੋਡਾ ਬੰਦਾ ਚਿੱਟੇ ਦੇ ਤਸਕਰ ਦੇ ਨਾਲ ਜਾ ਕੇ ਲੋਕਾਂ ਨੂੰ ਧਮਕਾਉਂਦਾ ਫਿਰਦਾ ਹੈ ਚਿੱਟੇ ਦੇ ਘਰੇ ਰਹਿੰਦਾ ਤੁਸੀਂ ਇਹ ਗੱਲ ਦੀ ਪੜਤਾਲ ਕੀਤੀ ਤੁਸੀਂ ਆਪਣੇ ਵਕੀਲ ਦੇ ਹੱਕ 'ਚ ਖੜ ਕੇ ਆ ਕੇ ਸਾਡਾ ਵਕੀਲ ਕੁੱਟਿਆ ਜੇ ਸੋਡਾ ਵਕੀਲ ਮਾੜੇ ਕੰਮ ਕਰੂਗਾ ਸੋਡਾ ਵਕੀਲ ਚਿੱਟਾ ਵੇਚੂਗਾ ਚਿੱਟਾ ਵੇਚਣ ਦੇ ਘ ਜਾ ਕੇ ਉੱਥੇ ਆ ਦੱਸੋ ਜੀ ਮੇਰੀ ਮੇਰੀ ਜਵਾਨੀ ਨੂੰ ਤੁਸੀਂ ਆਪਣੀ ਜਵਾਨੀ ਦੱਸੋ ਇਹ ਗੱਲ ਹਾਂਜੀ ਹਾਂਜੀ ਐਵੇਂ ਗੱਲ ਆ ਜੀ ਸੋਨੂੰ ਧਮਕਾਇਆ ਜਾ ਕੇ ਤੁਹਾਡੇ ਮਗਰ ਮਗਰ ਕਿੱਥੇ ਗਏ ਐਸਐਸਪੀ ਆਫਿਸ ਜੀ ਐਸਐਸਪੀ ਦਫ਼ਤਰ ਇਹ ਦੋਨੇ ਬੰਦੇ ਜਾ ਕੇ ਧਮਕਾਉਂਦੇ ਆ ਸੋ ਮੈਂ ਵਕੀਲਾਂ ਨੂੰ ਪੁੱਛਣਾ ਚਾਹਣਾ ਤੁਸੀਂ ਇਕੱਲਾ ਭਾਈਚਾਰਾ ਭਾਈਚਾਰਾ ਕਰਕੇ ਨਾਲ ਖੜ ਜੰਨੇ ਹੋ ਇਹ ਥੋੜੀ ਯਾਰ ਵੀ ਸੋਡੇ ਕੋਈ ਭਾਈਚਾਰਾ ਦਾ ਬੰਦਾ ਕੱਲ ਨੂੰ ਕਿਸੇ ਲੁੱਟ ਲੁੱਟ ਲੇ ਕਿਹਦਾ ਬਲਾਤਕਾਰ ਕਰਦੇ ਇਹਦਾ ਮਤਲਬ ਫਿਰ ਵੀ ਨਾਲ ਆ ਸੀ ਇਹ ਨਹੀਂ ਹੋਣਾ ਚਾਹੀਦਾ ਪਹਿਲਾਂ ਸਚਾਈ ਜਾਣੋ ਸਚਾਈ ਮਸਲੇ ਦੀ ਕੀ ਹੈ ਦੂਜੀ ਗੱਲ ਮੈਂ ਵਕੀਲ ਸਾਹਿਬ ਭਾਈਚਾਰ ਨੂੰ ਪੁੱਛਣਾ ਚਾਹੁੰਦਾ ਵੈਸੇ ਵਕੀਲਾਂ ਨਾਲ ਮੇਰਾ ਬਾ ਬਹੁਤ ਪੁਰਾਣਾ ਵਾਸਤਾ ਹੈ ਬਥੇਰੇ ਵਕੀਲ ਮੇਰੇ ਚੰਗੇ ਮਿੱਤਰ ਵੀ ਨੇ ਮੇਰਾ ਕੇਸ ਹੁਣ ਤੱਕ ਜਿੰਨੇ ਵਕੀਲਾਂ ਨੇ ਲੜੇ ਨੇ ਚਾਹੇ ਮੇਰੇ ਦਿੱਲੀ ਮਕਦਮੇ ਹੋਏ ਚਾਹੇ ਉਹਦੂਬਾਰ ਕਿਸਾਨੀ ਮੋਰਚੇ ਚੰਡੀਗੜ੍ਹ ਮਕਦਮੇ ਦਰਜ ਹੋਏ ਤਾਂ ਮੇਰੇ ਜਿੰਨੇ ਵਕੀਲਾਂ ਨੇ ਮਕਦਮੇ ਲੜਿਆ ਕਿਸੇ ਨੇ ਇੱਕ ਪੈਸਾ ਨਹੀਂ ਮੱਥੋ ਲਿਆ ਚਾਹੇ ਦਿੱਲੀ ਵਾਲੇ ਵਕੀਲ ਹੋਣ ਚਾਹੇ ਪੰਜਾਬ ਦੇ ਵਕੀਲ ਹੋਣ ਮੈਂ ਇਹ ਨਹੀਂ ਗੱਲ ਕਹਿੰਦਾ ਵੀ ਵਕੀਲ ਚੰਗਾ ਵੀ ਨਹੀਂ ਕਰਦੇ ਪਰ ਮੈਂ ਵੀ ਵਕੀਲ ਸਾਹਿਬ ਮੈਨੂੰ ਇਹ ਦੱਸੋ ਜਵਾਬ ਦਿਓ ਕਿ ਦੇ ਛੋਡਾ ਕਿਤੇ ਹਾਈ ਕੋਰਟ ਦੀ ਵਾਰ ਨੇ ਜਿਹੜੀ ਛੋਡੀ ਐਸੋਸੀਏਸ਼ਨ ਬਣੀ ਹੋਈ ਐ ਛੋਡੀ ਕਿਤੇ ਜ਼ਿਲ੍ਹੇ ਦੀ ਵਾਰ ਨੇ ਛੋਡੀ ਕਿਸੇ ਤਹਿਸੀਲ ਪੱਦਰ ਦੀ ਐਸੋਸੀਏਸ਼ਨ ਨੇ ਕੋਈ ਮਤਾ ਪਾਇਆ ਹੋਵੇ ਵੀ ਅਸੀਂ ਕਿਸੇ ਚਿੱਟੇ ਵਾਲੇ ਦਾ ਕੇਸ ਨਹੀਂ ਲੜਾਂਗੇ ਪਿੰਡਾਂ 'ਚ ਲੋਕਾਂ ਨੇ ਮਤੇ ਪਾਤੇ ਵੀ ਅਸੀਂ ਮਗਰ ਜ਼ਮਾਨਤ ਨਹੀਂ ਕਰਾਉਣ ਜਾਂਦੇ ਮਗਰ ਗਵਾਹੀ ਨਹੀਂ ਦੇਣ ਜਾਂਦੇ ਅਸੀਂ ਜਮ੍ਹਾਂ ਬੰਦੀ ਨਹੀਂ ਦਿੰਦੇ ਜਿਹੜਾ ਜਾਊ ਦਾ ਭਾਂਡਾ त्याਗਾਂਗੇ ਇਹ ਪਿੰਡਾਂ 'ਚ ਮਤੇ ਪਏ ਲੋਕਾਂ ਦੇ ਕਿਉਂਕਿ ਮਾਮਾ ਔਖੀਆਂ ਨੇ ਭੈਣਾ ਔਖੀਆਂ ਜਿਨ੍ਹਾਂ ਦੇ ਭਰਾ ਵੀ ਵੀ ਸਾਲ ਦੀ ਅੱਜ ਹੀ ਮਰੇ ਆ ਮਾਨ ਸਾਰੇ ਦੋ ਮੁੰਡੇ ਅੱਜ ਅੱਜ ਦੇਖ ਜੀਤ ਖਬਰ ਦੀ ਹੋਰ ਚੱਕ ਕੇ ਪੜ ਲਿਓ ਬਿਲਕੁਲ ਇੱਥੇ ਇੱਥੇ ਯਾਰ ਪਤਾ ਲੱਗਦਾ ਬਾਪੂ ਦਾਸ ਰਿਆ ਸੀ ਮੈਨੂੰ 10-10 ਸਾਲ ਦੇ ਜਵਾਬ 10-10 ਸਾਲ ਦੇ ਜਵਾਬ ਨੀਟੇ ਨੇ ਤੇ ਵਕੀਲ ਨੇ ਚੱਟੇ ਤੇ ਲਾਏ ਐ ਲੱਗੇ ਆ ਜੀ ਹਾਂ ਹਾਂ ਜੀ ਹਾਂ ਜੀ ਇਹ ਸਚਾਈ ਐ ਪਿੰਡ ਤੋਂ ਜਾਣ ਲਿਓ ਤੇ ਵਕੀਲ ਕਿਨਾਂ ਸਾਡਾ ਵਕੀਲ ਕੁੱਟਿਆ ਕਿਵਾਂ ਤੇ ਵਕੀਲ ਪਰ ਖੰਡ ਪਊਗੀ ਸੋ ਜਿਹੜਾ ਬੰਦਾ ਮੈਂ ਦੂਜੀ ਗੱਲ ਵਕੀਲ ਨੂੰ ਪੁੱਛਣਾ ਸੀ ਮਤਾਂ ਤੁਸੀਂ ਪਾਇਆ ਤੁਸੀਂ ਉਹੀ ਵਕੀਲ ਹੋ ਭਾਈ ਸਾਹਿਬ ਜਿਹੜਾ ਜਿਹੜਾ ਸਭ ਤੋਂ ਵੱਡਾ ਤਸਕਰ ਹੁੰਦਾ ਮੋٹے ਰੁਪਏ ਲੈ ਕੇ ਕੇਸ ਲੜਦੇ ਉਹਨਾਂ ਦੇ ਹੱਕ ਚ ਉਹ ਕਿਹੜੇ ਵਕੀਲ ਨੇ ਉਹਨਾਂ ਨਾਲ ਬਾਈਕਟ ਕਿਉਂ ਨਹੀਂ ਕਰਦੇ ਮੈਂ ਨਹੀਂ ਕਹਿੰਦਾ ਵਕੀਲ ਸਾਰੇ ਇੱਕੋ ਜਿਹੇ ਨੇ ਵਕੀਲ ਸਿੰਘਾਂ ਦੇ ਕੇਸ ਵੀ ਲੜਦੇ ਆ ਬੰਦੀ ਸਿੰਘਾਂ ਦੇ ਕੇਸ ਵੀ ਫ੍ਰੀ ਲੜਦੇ ਨੇ ਵਕੀਲ ਮੇਰੇ ਵਰਗਿਆਂ ਦੇ ਹੋਰਨੇਕਾਂ ਬੰਦਾਂ ਦੇ ਕੇਸ ਫ੍ਰੀ ਲੜੇ ਹੋਣੇ ਆ ਚੰਗੇ ਬਸੇਰੇ ਨੇ ਪਰ ਕਦੇ ਤੁਸੀਂ ਇਸ ਗੱਲ ਦੇ ਉੱਤੇ ਇੱਕ ਮਤ ਹੋਏ ਆ ਇੱਕ ਜੁੱਟ ਹੋਏ ਆ ਵੀ ਪੂਰੇ ਪੰਜਾਬ 'ਚ ਹਾਂ ਹਾਂ ਕਰ ਮੱਚੀ ਪਈ ਆ ਯਾਰ ਚੱਟੇ ਦੇ ਨੂੰ ਲੈ ਕੇ ਤੇ ਅਸੀਂ ਵੀ ਕੋਈ ਇਹਦਾ ਯੋਗਦਾਨ ਪਾਈਏ ਥੋੜਾ ਉਹ ਫਰਜ਼ ਨਹੀਂ ਬਣਦਾ ਇਨਸਾਨੀਅਤ ਦੇ ਨਾਤੇ ਤੁਸੀਂ ਵਕੀਲ ਨਾਲ ਖੜੇ ਹੋਗੇ ਜਿਹੜਾ ਚੱਟਾ ਵੇਚਦਾ ਹੈ ਬਾਈ ਜੀ ਗੱਲ ਸਮਝਣ ਲੱਗਿਆ ਮੈਂ ਵਾਹਦ ਬੰਦਾ ਮੈਂ ਹਮੇਸ਼ਾ ਬੋਲਦਾ ਮੈਂ ਹਮੇਸ਼ਾ ਪੁਲਿਸ ਦੇ ਉਲਟ ਬੋਲਦਾ ਕਿ ਪੁਲਿਸ ਨੇ ਜਾਤੀਆਂ ਕੀਤੀਆਂ ਪੁਲਿਸ ਵਧੀਕੀਆਂ ਕਰਦੀ ਹੈ ਪੁਲ ਧੱਕੇਸ਼ਾਹੀਆਂ ਕਰਦੀ ਹੈ ਇਹੀ ਪੁਲਿਸ ਨੇ ਤਰਨ ਤਰਨ ਪਰਚਾ ਦਿੱਤਾ ਸੀ ਮੇਰੇ ਤੇ ਉਹ ਵੀ ਨਸ਼ੇ ਦਾ ਚਿੱਟੇ ਦਾ ਮੈਂ ਪੁਲਿਸ ਦਾ ਕਦੇ ਹਮਾਇਤੀ ਨਹੀਂ ਰਿਹਾ ਕਦੇ ਵੀ ਸੁਣ ਲਓ ਮੈਨੂੰ ਪਰ ਮੈਂ ਅੱਜ ਇੱਕ ਗੱਲ ਕਹਿਣਾ ਮੰਨ ਲਓ ਅੱਜ ਇੱਥੋਂ ਦਾ ਐਸਐਸਪੀ ਬਦਲਿਆ ਜਾਂਦਾ ਦੱਸੋ ਪਿੰਡ ਵਾਲੋ ਜਿੱਦੇ ਦਾ ਮੈਂ ਨਹੀਂ ਕਹਿੰਦਾ ਭਾਈ ਤੁਸੀਂ ਆਪਣੀ ਸੱਚਾਈ ਦੱਸੋ ਜਿੱਦੇ ਦਾ ਐਸਐਸਪੀ ਆਇਆ ਤੁਹਾਡੇ ਸੀਐਨ ਚਾਰਜ ਲੱਗਿਆ ਚਿੱਟਾ ਘਟਿਆ ਕਿ ਵਧਿਆ ਘਟਿਆ ਘਟਿਆ ਬਹੁਤ ਘਟਿਆ ਚੋਰੀਆਂ ਤੇ ਚਿੱਟਾ ਬਹੁਤ ਘਟਿਆ ਬਹੁਤ ਮੈਂ ਨਹੀਂ ਕਹਿੰਦਾ ਮੁਖਸਰ ਜ਼ਿਲ੍ਹੇ ਦੇ ਪਿੰਡਾਂ ਆ ਜਾ ਕੇ ਪੁੱਛ ਲਓ ਵੀ ਘਟਿਆ ਜਾਂ ਵਧਿਆ ਕਿੱਪੇ ਵਾਲਿਆਂ ਨੇ ਪਰਦੋਲ ਪੈ ਗਿਆ ਜੀ ਇਹ ਮੈਂ ਸਾਰਾ ਹੁਣੀ ਪਿਆ ਦੇ ਸੁਣ ਲਓ ਭਾਈ ਲੋਕਾਂ ਨੂੰ ਪੁੱਛ ਲਓ ਮੇਰੀ ਜਵਾਨੀ ਨਾ ਪੁੱਛਿਓ ਠੀਕ ਹੈ ਨਾ ਮੈਂ ਤਾਂ ਪੁਲਿਸ ਦਾ ਹਮੇਸ਼ਾ ਵਿਰੋਧੀ ਰਹਾ ਮੈਨੂੰ ਵੀ ਪਤਾ ਪੁਲਿਸ ਘੱਟ ਨਹੀਂ ਗਜ਼ਾਰਦੀ ਸਰਕਾਰਾਂ ਜਿਵੇਂ ਕਹਦੇ ਨੇ ਪੁੱਠੇ ਸਿੱਦੇ ਕਰਦੀ ਆ ਪਰ ਜਦੋਂ ਦਾ ਇੱਥੇ ਐਸਐਸਪੀ ਇਹ ਆਇਆ ਜਾਂ ਸੀਐਨ ਚਾਰਜ ਲੱਗਿਆ ਇਹਨਾਂ ਲੋਕਾਂ ਦੀ ਜਵਾਨੀ ਪੁੱਛੋ ਇੱਕ ਚਟਾ ਘਟਾਕ ਬਦਿਆ ਮੰਨ ਲਓ ਇਸ ਐਸਪੀ ਦੇ ਪਰਚਾ ਹੋ ਗਿਆ ਸੀਐਨ ਚਾਰਜ ਤੇ ਪਰਚਾ ਹੋ ਗਿਆ ਇਹ ਵਕੀਲ ਫੜੀ ਬੈਠਿਆ ਕਿ ਜਦ ਇਹ ਵਕੀਲ ਜਦ ਫੜੀ ਬੈਠਿਆ ਕਿ ਅਸੀਂ ਇਹਨੂੰ ਡਿਸਮਿਸ ਕਰੋ ਮੰਨ ਲਓ ਇਹ ਐਸਐਸਪੀ ਨੂੰ ਸਸਪੈਂਡ ਕਰ ਦਿੰਦੇ ਆ ਇਹ ਦੂਜੇ ਨੂੰ ਡਿਸਮਿਸ ਕਰ ਦਿੰਦੇ ਆ ਪੰਜਾਬ ਦੇ ਵਿੱਚ ਕੋਈ ਪੁਲਿਸ ਵਾਲਾ ਚੱਟਲ ਨੂੰ ਫੜਨ ਜਾਊਗਾ ਨਹੀਂ ਨਹੀਂ ਜਾਣਾ ਅਸੀਂ ਇੱਕ ਪਹਿਦਾ ਪਿੱਟਦੇ ਆ ਕਿ ਚੱਟਾ ਰੋਕੇ ਪੁਲਿਸ ਚੱਟਾ ਰੋਕੇ ਪੁਲਿਸ ਚੱਟੇ ਨਾਲ ਰਲੀ ਵੀ ਹੈ ਜੇ ਪੁਲਿਸ ਵਾਲੇ ਨੇ ਚੱਟੇ ਵਾਲੇ ਫੜ ਕੇ ਅੰਦਰ ਕਰਤੇ ਤਾਂ ਬਗਲ ਉੱਠ ਘੁਟ ਖੜੇ ਹੋਗੇ ਇਹ ਗੱਲ ਦਾ ਜਵਾਬ ਦਿਓ ਇਹ ਆਧਾਰਨ ਸੈੱਟ ਹੋਣੀ ਹੈ ਪੰਜਾਬ ਦੇ ਵਿੱਚ ਕਿਸੇ ਪੁਲਿਸ ਵਾਲੇ ਕਿਸੇ ਸੀਆਈ ਵਾਲੇ ਨਾਲ ਆਪਾਂ ਕੀ ਲੈਣੇ ਆ ਵਧੀਆ 50000 ਜਾਂ ਲੱਖ ਰੁਪਇਆ ਤਨਖਾਹ ਲੈਣੇ ਆ ਜਵਾਗ ਬਾਹਰ ਪੜਦੇ ਆ ਅਸੀਂ ਵੀ ਲੈਣਾ ਮਰਦੇ ਲੋਕਾਂ ਦੇ ਮਰਨਗੇ ਕੋਣ ਜੀ ਇਹ ਨਾ ਪਟਕੇ ਕੱਲ ਨੂੰ ਧਰਨਾ 'ਚ ਬੈਠ ਕੇ ਇੱਥੇ ਸੜਕਾਂ ਦਾ ਜਾਮ ਕਰ ਗਏ ਅੱਜ ਜਿਵੇਂ ਮੁੰਡਾ ਲਾਸ਼ ਲਾ ਕੇ ਮਾਨਸਾ 'ਚ ਧਰਨਾ ਲਈ ਬੈਠਿਆ ਫਿਰ ਲਾਸ਼ਾਂ ਲਾ ਕੇ ਧਰਨਾ ਲਾਗੇ ਜੇ ਅਸੀਂ ਇਹ ਕਹਿਣਾ ਵੀ ਆਹ ਪੁਲਿਸ ਦੇ ਪਰਚਾ ਦਿਓ ਜਿਹੜੀ ਪਰ ਉਸ ਚੰਗਾ ਕਰਦੀ ਹੈ ਚੰਗਾ ਵੀ ਕਹਾਂਗੇ ਮਾੜੇ ਨੂੰ ਮਾੜਾ ਵੀ ਕਹਾਂਗੇ ਮੇਰੀ ਇਹ ਫਿਤਰਤ ਮੇਰੀ ਆਤ ਹੈ ਨਹੀਂ ਵੀ ਮੈਂ ਸਾਰਿਆਂ ਨੂੰ ਇੱਕੋ ਰਸੇ ਲੈਣਾ ਮੈਂ ਕਹਿੰਦਾ ਕੱਲ ਨੂੰ ਸਰਕਾਰ ਚਿੱਟਾ ਬੰਦ ਕਰ ਦੇ ਸਭ ਤੋਂ ਵੱਧ ਕੱਟੜ ਵਿਰੋਧੀ ਮੈਂ ਆ ਸਰਕਾਰ ਦੀ ਲੋਚਨਾ ਮੈਂ ਕਰਦਾ ਮੈਂ ਉਹਦੇ ਹੱਕ 'ਚ ਵੀ ਬੋਲੂ ਜਿਹੜਾ ਵੀ ਉੱਠ ਕੇ ਪਿੰਡ ਦੇ ਵਿੱਚੋਂ ਬੰਦਾ ਕੋਈ ਬੰਦਾ ਸਮਾਜ ਚ ਉੱਠ ਕੇ ਪੰਜਾਬ ਚ ਉੱਠ ਕੇ ਉਹ ਬਾਦਲ ਨਾਲ ਜੁੜਿਆ ਹੋਇਆ ਉਹ ਕਿਸੇ ਕਾਂਗਰਸ ਨਾਲ ਜੁੜਿਆ ਹੋਇਆ ਆਮ ਆਦਮੀ ਨਾਲ ਜੁੜਿਆ ਹੋਇਆ ਉਹ ਚਿੱਟਾ ਰੋਕਣ ਦੀ ਗੱਲ ਕਰਦਾ ਅਸੀਂ ਉਹਦੇ ਨਾਲ ਆ ਜੇ ਅੱਜ ਪੁਲਿਸ ਨੇ ਇਹ ਠੱਲ ਪਾਈ ਹੈ ਨੱਥ ਪਾਈ ਹੈ ਐਸਐਸਪੀ ਨੇ ਜਾਂ ਸੀਈਓ ਚਾਰਜ ਨੇ ਐਸਪੀ ਨੇ ਉਹਨਾਂ ਦੇ ਚੱਕ ਕੇ ਪਰਚਾ ਦਵਾ ਰਹੇ ਹੋ ਕਿਉਂ ਯਾਰ ਜਵਾਬ ਦਿਓ ਕੱਲ ਨੂੰ ਕੌਣ ਲੜੂਗਾ ਬਈ ਦੱਸੋ ਅਗਲੀ ਗੱਲ ਹੋਰ ਸੁਣ ਲਓ ਨੀਟੇ ਦੀ ਇੰਨੀ ਦਹਿਸਤ ਆ ਪਿੰਡ ਚ ਜੇ ਮੰਨ ਲਓ ਇੱਥੇ ਇਹ ਇਹ ਬੰਦੇ ਕਾਮਯਾਬ ਹੋ ਜਾਂਦਾ ਵਕੀਲ ਇਹਨਾਂ ਨੂੰ ਉਸ ਅਫਸਰਾਂ ਨੂੰ ਕਢਾਉਣ ਦੇ ਵਿੱਚ ਤਾਂ ਨੀੜਾ ਸਾਰੇ ਪਿੰਡ ਨੂੰ ਘਰਾਂ ਘਰਾਂ 'ਚ ਵੜ ਕੇ ਕੁੱਟੂ ਬਿਲਕੁਲ 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 ਸਹੀ ਹੈ ਬਿਲਕੁਲ ਹੈ ਬਿਲਕੁਲ ਸਚਾਈ ਹੈ ਇਹ ਇੱਥੇ ਦੋ ਦੋ ਇੱਥੋਂ ਦੇ ਆ ਆਪਣੇ ਜਿਹੜੇ ਹੈਗੇ ਆ ਕਿਹੜੇ ਪਿੰਡ ਦੇ ਫਤਨ ਵਾਲੇ ਦੇ ਫਤਨ ਵਾਲੇ ਦੇ ਆ ਦੋ ਨੀੜੇ ਦੇ ਕੋਲੇ ਆਉਂਦੇ ਸੀ ਨੀੜੇ ਸ਼ਰੇ ਆ ਬਦਮਾਸ਼ੀ ਕਰਕੇ ਜਾਂਦੇ ਪਿੰਡ 'ਚ ਆਏ ਲੋਕਾਂ ਨੂੰ ਘਰਾਂ ਵੜ ਕੇ ਕੁੱਟਣਗੇ ਛੱਟੇ ਵਾਲੇ ਜੇ ਅੱਜ ਵੀ ਅਸੀਂ ਇਹ ਗੱਲ ਤੇ ਖੜ੍ਹ ਕੇ ਆ ਕੇ ਪੁਲਿਸ ਐਂ ਕਰਦੀਏ ਪੁਲਿਸ ਐਂ ਕਰਦੀਏ ਪਰ ਅੱਜ ਦੋ ਕਹੀ ਕਿਸੇ ਪਾਸੇ ਜੇ ਰੋਕਣਦੇ ਆਈ ਅਸੀਂ ਕਹਿੰਨਾ ਪੁਲਿਸ ਚੰਗੇ ਬਥੇਰੇ ਆ ਮਾੜੇ ਬਥੇਰੇ ਕਾਲੀਆਂ ਭੇਡਾਂ ਬਥੇਰੀਆਂ ਬੈਠੀਆਂ ਉਹ ਸੰਜੀਵ ਗੋਇਲ ਆ ਡੀਐਸਪੀ ਮਾਨਸਾਲਾ ਉਹ ਕਾਲੀ ਭੇਡ ਆ ਪੁਲਿਸ ਦੀ ਉਹਨੇ ਬਥੇਰਾ ਇੱਥੇ ਉਥੇ ਗੰਦ ਪਾਇਆ ਮਾਨਸਾ ਦੇ ਵਿੱਚ ਅਸੀਂ ਉਹਦੇ ਖਿਲਾਫ ਹਾਂ ਡਟ ਕੇ ਵੀ ਉਹਦੇ ਕਾਰਵਾਈ ਕਰੋ ਦੀ ਪੜਤਾਲ ਕਰੋ ਉਹਨੇ ਜਿਆਦਾ ਕਿੱਥੋਂ ਜੋੜੀ ਉਹ ਜਾਂਚ ਕਰੋ ਸਾਰੀ ਪਰ ਜਰ ਜੇ ਕੋਈ ਬੰਦਾ ਚੰਗਾ ਕਰਦਾ ਪਰ ਸਾਡਾ ਐਪਰੀਸ਼ੀਏਟ ਕਰਨ ਦਾ ਸਾਡਾ ਨਾਲ ਖੜਨ ਦਾ ਹੀ ਫਰਜ਼ ਬਣਦਾ ਜੇ ਬਾਕੀ ਚਿੱਟਾ ਲੋ ਕਮੇਟੀਆਂ ਕੋਲ ਨਾ ਕੋਈ ਕਾਨੂੰਨ ਆ ਬਾਈ ਨਾ ਇਹਨਾਂ ਕੋਲੇ ਕੋਈ ਜੇਲ੍ਹਾਂ ਨੇ ਨਾ ਇਹਨਾਂ ਕੋਲੇ ਕੋਈ ਅਦਾਲਤਾਂ ਨੇ ਵੀ ਕਮੇਟੀਆਂ ਫੜ ਕੇ ਕਿਸੇ ਬੰਦੇ ਨੂੰ ਸਜ਼ਾ ਸੁਣਾ ਦੇਣੀਆਂ ਇਹਦਾ ਕਾਨੂੰਨ ਮੁਤਾਬਕ ਹੀ ਇਹ ਕਮੇਟੀਆਂ ਨਾਲ ਬਣਾਉਣ ਦਾ ਸਾਡਾ ਮਕਸਦ ਸੀਗਾ ਪੰਜਾਬ 'ਚ ਲਹਿਰ ਚਲਾਉਣ ਦਾ ਮਕਸਦ ਸੀ ਵੀ ਸਰਕਾਰ ਤੇ ਦਬਾਅ ਬਣਾਓ ਪੁਲਿਸ ਪ੍ਰਸ਼ਾਸਨ ਤੇ ਦਬਾਅ ਬਣੇ ਉਹ ਦਬਾਅ ਦੇ ਵਿੱਚੋਂ ਇਹ ਚਿੱਟਾ ਦਸਤਖਤਾਂ ਨੂੰ ਨੱਥ ਪਾਉਣਾ ਜਦੋਂ ਦਬਾਅ ਬਣਿਆ ਤਸਕਰਾਂ ਨੂੰ ਨੱਥ ਪੈਣ ਲੱਗੀ ਹੈ ਤਾਂ ਵਕੀਲ ਖੜੇ ਹੋ ਗਏ ਉੱਠ ਕੇ ਕਿ ਸਾਨੂੰ ਜਾਂ ਮੈਂ ਮੈਂ ਇੱਥੇ ਆ ਖੜਾ ਮੈਂ ਸੱਚਾਈ ਜਾਣੇ ਬਣਾ ਬੋਲਿਆ ਨਹੀਂ ਮੈਨੂੰ ਤਿੰਨ ਦਿਨਾਂ ਦਾ ਘਟਨਾ ਦਾ ਪਤਾ ਮੈਂ ਪਿੰਡ 'ਚ ਤਾਂ ਆਇਆ ਸੀ ਖੜਾ ਲੋਕਾਂ ਕੋਲੇ ਮੈਂ ਕਿਹਾ ਮੈਨੂੰ ਅਸਲੀਅਤ ਪਤਾ ਲੱਗੇ ਪਹਿਲਾਂ ਪਕਦਾਰ ਨੂੰ ਲੱਗੀ ਸੀ ਵਕੀਲਾਂ ਰਾਹੀਂ ਹੋਰ ਬੰਦਿਆ ਨਹੀਂ ਅਸਲੀਤ ਕਹਾਣੀ ਸਚਾਈ ਕੀ ਹੈ ਪਰ ਫਿਰ ਮੈਂ ਨਹੀਂ ਪਿੰਡ 'ਚ ਜਾਉ ਯਾਰ ਹੁਣ ਇੱਥੇ ਜਮਾ ਹੀ ਗੱਲ ਆ ਕੇ ਸਾਫ਼ ਹੋ ਗਈ ਨਿੱਤਰ ਗਈ ਵੀ ਨੀਟਾ ਕਾ ਉਹਨਾਂ ਦੇ ਨੀਟਾ ਦਾ ਸਾਥੀ ਵਕੀਲ ਘੱਟੇ ਘਰੇ ਰਹਿੰਦੇ ਸੀਗੇ ਗੱਡੀ-ਬੁਦੀ ਵਰਤਦੇ ਸੀ ਚੱਟਾ ਵੀ ਉਹ ਸਾਰਾ ਕੁਝ ਵੇਚ ਦੇ ਕਰਦੇ ਪੀਂਦਾ ਵੀ ਸੀ ਨੀਟਾ ਦੂਜਾ ਵੀ ਪੀਂਦਾ ਜਿਹੜਾ ਕੀ ਨਾਂ ਲੈਂਦੇ ਐ ਵਕੀਲ ਆ ਜਿਹੜਾ ਸੋ ਮੈਂ ਵਕੀਲਾਂ ਨੂੰ ਬੇਨਤੀ ਕਰਦਾ ਹੱਥ ਬੰਨ੍ਹ ਕੇ ਕਿ ਹਰ ਕੰਮ ਦੇ ਵਿੱਚ ਸਿਆਸਤਨਾ ਖੜੀ ਕਰੋ ਇਹ ਨਾ ਇਹਨੂੰ ਇਸ਼ੂ ਨਾ ਬਣਾਓ ਵੀ ਸਾਡੇ ਵਕੀਲਾਂ ਦੀ ਬੇਇੱਜ਼ਤੀ ਹੋ ਗਈ ਯਾਰ ਕਮਾਲ ਐ ਇਹ ਤੁਸੀਂ ਠੇਕਾ ਲੈ ਲਿਆ ਫਿਰ ਤੁਸੀਂ ਧੱਕਾ ਕਰਨ ਦਾ ਵੀ ਤੁਹਾਡੀ ਜੁਨੀਅਰਾਂ ਦੀ ਧੱਕਾ ਕਰਕੇ ਅਸੀਂ ਇਕੱਠੇ ਹੋ ਕੇ ਖੜ ਜਾਂਗੇ ਜੀ ਤੇ ਦੂਜੇ ਲੋਕ ਜੇ ਮਰਜੀ ਮਰੀ ਜਾਣ ਤਾਂ ਪਰ ਜੇ ਤੁਸੀਂ ਇੱਧਰ ਖੜ ਦੇਓ ਹੁਣ ਇਸ ਵੇਲੇ ਇਸ ਗੱਲ ਦੇ ਉੱਤੇ ਚੱਟਾ ਨਾ ਖੜ ਦੇਣ ਤਸਕਰਾਂ ਨਾ ਖੜਾ ਦੇਓ ਚਾਹੇ ਤੁਹਾਡਾ ਵਕੀਲ ਐ ਤਾਂ ਪੰਜਾਬ ਦੇ ਲੋਕ ਤੁਹਾਡੇ ਖਿਲਾਫ ਖੜਨਗੇ ਕਿਉਂ ਵੀ ਸਾਥ ਦੋ ਇਸ ਗੱਲ ਦੇ ਹਾਂਜੀ ਹਾਂਜੀ ਪੰਜਾਬ ਦੇ ਲੋਕ ਖਿਲਾਫ ਖੜਨਗੇ ਅਸੀਂ ਚੱਟਾ ਰੋਕਣਾ ਸੀ ਮਾਮਾ ਦੇ ਪੁੱਤ ਨਹੀਂ ਮਰਨ ਦੇਣੇ ਹਾਂਜੀ ਜਵਾਬ ਬਾਪੂ ਤੁਸੀਂ ਆਪ ਦੀ ਜਵਾਨੀ ਵੀ ਦੱਸੋ ਯਾਰ ਇਹਨਾਂ ਦੀ ਇਹਨਾਂ ਦੀ ਵੀ ਮੈਂ ਕਹਣਾ ਕੁਝ ਤੁਸੀਂ ਬਾਪੂ ਆਪ ਦੀ ਜਵਾਨੀ ਵੀ ਦੱਸੋ ਤੁਸੀਂ ਦੱਸੋ ਸੋਣੇ ਚੱਟੇ ਦੇ ਹਾਲਾਤ ਕੀ ਆ ਜਵਾਕਾਂ ਚ ਚਿੱਟਾ ਚਿੱਟੇ ਛੋਟੇ ਛੋਟੇ ਬੱਚੇ ਆ